एक थकी विशतर हर गुण माही अंतर आप ही कारण धारे आप ही कारण तारे एक थे किए विस्तारे सर्व गोदाता एक अलख मुरारे सर्व गोदाता एक अलख अनंत गुण निधान गुरु गरी बनवार गुरु गरी बनवार गुरु गरी बनवार गरी बनवार रैसा प्यारे का रैसा एक सदा Thank you.
Thank you.
Thank you.
अक तत्ती पावने तत्ता रेता तत्ता पावल वाला प्रभु जा तत्ता ऐंगे तत तते हते केवल का केवल गुरु अर्जुन देव महाराज पाशा मंदिर ਕਹਿੰਦੀਆਂ ਬੰਦੀਆਂ ਕੱਟਾ ਦੇ ਸਾਨੂੰ ਕੱਲ ਇੱਕ ਨੂੰ ਗੱਲ ਕਹਿ ਕੇ ਚਲਾ ਜਾ ਤਾਂ ਬਰਦਾਸ਼ਤ ਨਹੀਂ ਹੁੰਦਾ ਬਰਦਾਸ਼ਤ ਹੁੰਦਾ ਤੇ ਫਿਰ ਇੰਨਾ ਕੁਝ ਵੇਖ ਕੇ ਤੇ ਸਿੱਖਾਂ ਕੋਲੋਂ ਜਰਿਆ ਨਾ ਪਿਆ ਬਰਦਾਸ਼ਤ ਹੁੰਦਾ ਕਿਤੇ ਸਿੱਖਾਂ ਕੋਲੋਂ ਜਰਿਆ ਨਾ ਪਿਆ ਭਾਈ ਜੇਠਾ ਭਾਈ ਭਰਾਣੀ ਭਾਈ ਤਰਸੀ ਆ ਪੰਜ ਸਿੱਖ ਗੁਰੂ ਨਾਨਕ ਸਾਹਿਬ ਮਹਾਰਾਜ ਮਿਲੇ ਪੰਜ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਮਿਲੇ ਪੰਜ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਮਿਲੇ ਤੇ ਪੰਜ ਦਸਵੇਂ ਜਾਮੇ ਦੇ ਇਤਿਹਾਸ ਹੈ ਗਰੀਬ ਨਵਾਜ ਪਾਤਸ਼ਾਹ ਨੇ ਫਿਰ ਇੰਨੀ ਗੱਲ ਉਹਨਾਂ ਨੇ ਕਹੀ ਮਹਾਰਾਜ ਤੁਹਾਡਾ ਦੁੱਖ ਤਾਂ ਦੇਖਿਆ ਨਹੀਂ ਜਾ ਰਿਹਾ ਸਤਿਗੁਰ ਕਹਿੰਦੇ ਕੀ ਹੋ ਗਿਆ ਦੁੱਖ ਮੇਰਾ ਦੋਲ ਦੇ ਤੁਸੀਂ ਪਏ ਹੋ ਚੋਰੀ ਕਰਨ ਲੱਗਿਆ ਦਾਨ ਕਰਨ ਲੱਗਿਆ ਵੀ ਮਨ ਸਥਿਰ ਨਹੀਂ ਹੁੰਦਾ ਫਿਰ ਡੋਲ ਜਾਂਦਾ ਪੈਦਾ ਕਿਉਂ ਦੇਵਾਂ ਘਰ ਦਾ ਘਰ ਦੀ ਰੰਗ ਕਰੀਏ ਧੀ ਪੁੱਤਰ ਦਾ ਵਿਆਹ ਫਿਰ ਡੋਲ ਜਾਂਦੇ ਇਹਦਾ ਮਤਲਬ ਬਾਰ ਬਾਰ ਬੋਲਦੇ ਆ ਨਾ ਬਾਰ ਬਾਰ ਤੇ ਪਾਤਸ਼ਾਹ ਕਹਿੰਦੇ ਤੂੰ ਦੋਲਦਾ ਹੀ ਰਹਿਣਾ ਕਿਉਂਕਿ ਮਨ ਦਾ ਸੁਭਾਅ ਐਸਾ ਹੈ ਇਸ ਕਰਕੇ ਇੱਕ ਬੇਨਤੀ ਕਰਿਆ ਕਰ ਇੱਕ ਵਾਰ ਨਹੀਂ ਕਰਨੀ ਅਨੇਕਾਂ ਵਾਰ ਬੇਨਤੀ ਕਰਨੀ ਕਿਹੜੀ ਪਾਤਸ਼ਾਹ ਕਹਿੰਦੇ ਗੁਰੂ ਨਾਨਕ
ਮਾਲਕ ਸਾਹਿਬ ਸਭ ਨਾਲੋਂ ਵੱਡਾ ਗੁਰੂ ਹੈ, ਇਹਦੇ ਵਰਗਾ ਗੁਰੂ ਧਰਤੀ ਤੇ ਆਉਣਾ ਨਹੀਂ। ਸੂਰਜ ਇੱਕ ਵਾਰ ਚੜਿਆ ਮੁਰਕੇ ਨਹੀਂ ਚੜਨਾ, ਇੱਕੋ ਵਾਰ ਹੀ ਨਿਰੰਕਾਰ ਨੇ ਰੱਖਿਆ। ਗੁਰੂ ਨਾਨਕ ਸਾਹਿਬ ਇੱਕ ਵਾਰ ਧਰਤੀ ਤੇ ਆਏ ਹਨ। ਸਭ ਤੇ ਵੱਡਾ ਸਤਿਗੁਰੂ ਨਾਨਕ ਹੈ ਤੇ ਵੱਡਾ ਹੈ। ਹਾਂਜੀ ਮਹਾਰਾਜ, ਉਹ ਤਾਂ ਪਤਾ ਤਾਂ ਪਾਤਸ਼ਾਹ ਅਗਲੀ ਗੱਲ ਕਹਿੰਦੇ, ਚਾਰ ਗੱਲਾਂ ਮੈਂ ਹੋਰ ਦੱਸਣ ਲੱਗਾ ਤੇ ਚਾਰ ਗੱਲਾਂ ਆਪਣੇ ਪਰਿਵਾਰਾਂ ਚ ਵਰਤਦੀਆਂ। ਸਤਿਗੁਰੂ ਕਹਿੰਦੇ ਇੱਕ ਹੈ ਸਿੱਖ, ਇੱਕ ਹੈ ਸੇਵਕ, ਇੱਕ ਹੈ ਨਾਤਾ, ਨਾਤਾ ਰਿਸ਼ਤਾ, ਨਾਤਾ ਜਵਾਈ, ਇੱਕ ਹੈ ਪੁੱਤਰ। ਚਾਰ ਸੰਸਾਰ ਦੇ ਅੰਦਰ ਇਹ ਜਿਹੜੇ ਨਾਤੇ ਨੇ, ਜੇ ਕਿਸੇ ਕੋਲ ਕੁਝ ਸਿੱਖਣਾ ਤੇ ਸਿੱਖ ਬਣਨਾ ਹੋਵੇ, ਜੇ ਬਖਸ਼ਿਸ਼ ਹਾਸਲ ਕਰਨੀ ਤਾਂ ਸੇਵਕ ਬਣਨਾ ਪਏਗਾ। ਕਿਸੇ ਦੇ ਘਰ ਦੇ ਜਵਾਈ ਬਣਾਂਗੇ, ਕੋਈ ਸਾਡੇ ਘਰ ਦਾ ਜਵਾਈ ਬਣੇਗਾ। ਅਸੀਂ ਕਿਸੇ ਦੇ ਪੁੱਤਰ ਬਣਾਂਗੇ। ਧੰਨ ਗੁਰੂ ਕਰਕੇ ਹਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਰਗਾ ਦੁਨੀਆਂ ਦੇ ਅੰਦਰ ਗੁਰੂ ਨਹੀਂ ਹੋਇਆ। ਅਗਲੀ ਬਾਤ ਕਹਿੰਦੇ, ਸਿੱਖ ਨਹੀਂ ਗੁਰੂ ਅੰਗਦ ਜਿਹਾ ਬਣ ਖਲੋਇਆ, ਸਿੱਖ ਗੁਰੂ ਅੰਗਦ ਦੇ ਮਹਾਰਾਜ ਵਰਗਾ ਨਹੀਂ ਬਣ ਸਕਦਾ, ਕਦੇ ਨਹੀਂ ਬਣ ਸਕਦਾ। ਪਾਤਸ਼ਾਹ ਕਹਿੰਦੇ ਉਹ ਸਾਹਮਣੇ ਉਹ ਮੁਰਦਾ ਲੈ ਕੇ ਆਏ, ਚਾਦਰ ਪਾਈ, ਖਾਂ ਜਾ ਕੇ ਖਾਂ। ਸਤਿਗੁਰ ਪਾਤਸ਼ਾਹ ਭੱਜ ਕੇ ਚਲੇ ਗਏ। ਕਿਸ ਪਾਸਿਓ ਖਾਵਾਂ, ਹੁਕਮ ਹੈ ਨਾ ਹੁਕਮ ਮੰਨਿਆ ਹੋਏ ਕਰਵਾਣ, ਖਸਮੇ ਕਾ ਮਿਹਰ ਪਾਈ ਸੀ, ਇਹਨੇ ਮੈਂ ਅੱਖਾਂ ਨਾਲ ਮੁਰਦਾ ਵੇਖਿਆ। ਪਾਤਸ਼ਾਹ ਜੇ ਤੇਰੀ ਨਿਗਾਹ ਦੇ ਅੰਦਰ ਉਹ ਅੰਮ੍ਰਿਤ ਹੈ ਤਾਂ ਮੈਂ ਜ਼ਰੂਰ ਖਾਵਾਂ। ਕਹੋ ਕਿਸ ਪਾਸਿਓ ਖਾਵਾਂ। ਪ੍ਰੀਖਿਆ ਹੋਈ, ਕਹਿ ਲੱਗੇ ਅੰਗਦ ਦੇਵ ਲੈਣਾ ਜਾਓ, ਕੱਪੜੇ ਧੋ ਕੇ ਲਿਆਓ। ਪਹਿਲਾਂ ਸ਼੍ਰੀ ਚੰਦ ਤੇ ਲਕਸ਼ਮੀ ਚੰਦ ਦਾਸ ਨੂੰ ਕਿਹਾ, ਸਾਰਿਆਂ ਨੂੰ ਕਿਹਾ, ਮਹਾਰਾਜ ਦੀ ਰਾਤ ਨੂੰ ਭਾਈ ਲਹਿਣਾ ਜੀ ਨੂੰ ਕਿਹਾ ਤਾਂ ਕਹਿ ਲੱਗੇ ਮਹਾਰਾਜ ਸਤਿਵਚਨ ਉੱਠੇ, ਵਸਤਰ ਬਿਠਾਏ, ਪਾਤਸ਼ਾਹ ਜੀ ਜਦੋਂ ਨਿਕਲਣ ਲੱਗੇ ਤਾਂ ਲਕਸ਼ਮੀ ਦਾਸ ਨੇ ਵਾਹ ਫੜ ਲਈ। ਸ਼੍ਰੀ ਚੰਦ ਨੇ ਵੇਖਿਆ ਘੋੜਿਆ, ਕਹਿ ਲੱਗਾ ਅੱਧੀ ਰਾਤ ਤੇਰਾ ਵੀ ਕਮਾ ਕੇ ਸਾਹਮਣਾ ਹੋ ਗਿਆ ਲੈਣਾ। ਲੱਗਾ ਮੈਨੂੰ ਨਹੀਂ ਪਤਾ, ਜਿੱਥੇ ਮੈਨੂੰ ਮੇਰਾ ਗੁਰੂ ਭੇਜਦਾ ਪਿਆ ਉਹਦੀਆਂ ਬਾਤਾਂ ਕੋਈ ਜਾਣੇ, ਉੱਥੇ ਦਿਨ ਜ਼ਰੂਰ ਹੋਏ। ਸਿੱਖਿਆ ਮੰਨਣੀ, ਸਿੱਖ ਨਹੀਂ ਗੁਰੂ ਅੰਗਦ ਜਿਹਾ ਹੋਇਆ, ਸੇਵਕ ਨਹੀਂ ਅਮਰਦਾਸ ਜਿਹਾ ਬਣ ਖੜੋਇਆ, ਸੇਵਕ ਗੁਰੂ ਅਮਰਦਾਸ ਮਹਾਰਾਜ ਵਰਗਾ ਨਹੀਂ ਬਣ ਸਕਦਾ। ਮਹਾਰਾਜ ਸਾਹਿਬ ਮੰਤਰ ਸੇਵਾ ਗਾਗਰ ਭਰ ਕੇ ਲੈ ਕੇ ਆਏ ਪਾਣੀ ਦੀ, ਤਾਂ ਜਦੋਂ ਪੂਰੇ ਹੋ ਗਏ ਪੈਰ ਅੜਿਆ ਡਿੱਗ ਪਏ ਤਾਂ ਆਪ ਜੀ ਨੇ ਵੇਖਿਆ ਗਾਗਰ ਨੂੰ ਹੱਥ ਪਾਇਆ, ਇੱਕ ਮੋਢਾ ਥੱਲੇ ਲੱਗਿਆ, ਇੱਕ ਹੱਥ ਥੱਲੇ ਲੱਗਿਆ। ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਵਗਿਆ ਨਾ ਹੋ ਪਾਤਸ਼ਾਹ ਤੇਰੀ ਇਸ਼ਨਾਨ ਤੇ ਅੰਗੂ ਅੰਗਦ ਦੇ ਮਹਾਰਾਜ ਚੌਕੜਾ ਮਾਰ ਕੇ ਬੈਠੇ ਤੇ ਥੱਪੜ ਵਾ ਉੱਠੇ, ਕਹਿਣ ਲੱਗੇ ਧਮਾਕੇ ਦੀ ਆਵਾਜ਼ ਆਈ, ਚਲੋ ਚਲੀਏ। ਗੁਰੂ ਅਮਰਦਾਸ ਮਹਾਰਾਜ ਉੱਠੇ ਤਾਂ ਗਾਗਰ ਲੈ ਕੇ ਆਏ, ਪੈਰ ਦੇ ਗੋਡੇ ਦੇ ਉੱਪਰ ਸੱਟ ਵੱਜੀ, ਕੋਲੀ ਚਲੀ ਗਈ। ਅੰਗੂ ਅੰਗਦ ਦੇ ਮਹਾਰਾਜ ਕਹਿੰਦੇ ਪੁਰਖਾ ਅਮਰਦਾਸ ਜਿਹਾ ਬਣ ਖੋਇਆ, ਸਾਕ ਨਹੀਂ ਰਾਮਦਾਸ ਜੈਸਾ, ਜਿਸ ਤਰ੍ਹਾਂ ਭੁੱਲਦੇ ਹੋ ਗੁਰੂ ਰਾਮਦਾਸ ਮਹਾਰਾਜ, ਸਾਕ ਨਹੀਂ ਰਾਮਦਾਸ ਜੈਸਾ। 22 ਸਾਲ ਲਗਾਤਾਰ ਕੁਫਰੀ ਭੁੱਲੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਜਵਾਈ ਭਾਈ ਹੋ ਕੇ ਸੇਵਕ ਬਣ ਕੇ ਮਿਟ ਗਏ, ਲਗਾਤਾਰ ਨਿਰੰਤਰ ਸੇਵਾ ਕਰਦੇ ਰਹੇ, ਸਾਕ ਨਿਭਾਇਆ ਤਾਂ ਕਹਿਣ ਲੱਗੇ ਤੇ ਗੁਰੂ ਘਰ ਦੇ ਜਵਾਈ ਭਾਈ ਨੇ ਦੇ ਕੇ ਸੇਵਾ, ਕਹਿੰਦੇ ਨਹੀਂ ਮੇਰੇ ਗੁਰੂ ਨੇ ਮੈਨੂੰ ਹੁਕਮ ਦਿੱਤਾ ਕਿ ਸਾਕ ਇਹੋ ਜਿਹਾ ਨਿਭੇ। ਹਰ ਕਰਮੀ ਧੰਨ ਪਾਤਸ਼ਾਹ ਕਹਿੰਦੇ ਕਿਸੇ ਦੇ ਜਵਾਈ ਭਾਈ ਬਣਨਾ ਤਾਂ ਇਸ ਤਰ੍ਹਾਂ ਦੇ ਹੋਣਾ। ਘਰ ਦੇ ਵਿੱਚ ਇਹ ਨਹੀਂ ਵੀ ਜਾ ਕੇ ਤੇ ਬੜੇ ਰੋਹ ਨਾਲ ਬਹਿ ਜਾਓ, ਹਰ ਤੋਂ ਤੁਹਾਡੇ ਘਰ ਦਾ ਜਵਾਈ ਆਉਂਦਾ। ਜਵਾਈ ਕੇਵਲ ਦੁਨੀਆਂ ਦੇ ਅੰਦਰ ਬਣਿਆ ਤਾਂ ਗੁਰੂ ਰਾਮਦਾਸ, ਸਾਕ ਨਹੀਂ ਰਾਮਦਾਸ ਜੈਸਾ, ਪੁੱਤਰ ਨਹੀਂ ਗੁਰੂ ਅਰਜਨ ਵੈਸਾ,
ਗੁਰੂ ਅਰਜਨ ਦੇਵ ਮਹਾਰਾਜ ਵਰਗਾ ਪੁੱਤਰ ਨਹੀਂ ਕੋਈ ਬਣ ਸਕਦਾ। ਹੁਕਮ ਹੋ ਗਿਆ, ਮਹਾਦੇਵ ਨੂੰ ਕਹਿਣ ਲੱਗੇ ਜਾਓ ਲਾਹੌਰ। ਕਹਿੰਦੇ ਕਿੱਥੇ? ਪਿਰਥੀ ਚੰਦ ਨੂੰ ਕਿਹਾ ਜਾਓ ਲਾਹੌਰ। ਕਹਿਣ ਲੱਗੇ ਵੀ ਉਹ ਜਾਈਏ, ਪ੍ਰਬੰਧ ਮੇਰੇ ਪਾਸ ਹੈ। ਸਾਕੀਆਂ ਲਾਉਣੀਆਂ ਨੇ, ਮਿਸ ਕਰਕੇ ਸਮਾਂ ਹੋ ਗਿਆ ਸਮਾਪਤੀ ਕਰਨਾ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੂੰ ਕਿਹਾ, ਕਹਿੰਦੇ ਸਤਿਗੁਰੂ ਮਹਾਰਾਜ, ਇਹ ਤਾਂ ਤਾਈ ਦੇ ਬੇਟੇ ਦਾ ਵਿਆਹ, ਸਹਾਰੀ ਰਾਤ ਉਹਦੇ ਬੇਟੇ ਦਾ ਵਿਆਹ ਹੈ ਮਹਾਰਾਜ, ਆਪ ਜੀ ਤੇ ਇਹੋ ਜਿਹੀ ਜਗ੍ਹਾ ਤੇ ਭੇਜੋ ਕਿ ਜਿੱਥੇ ਮੇਰੀ ਜਾਨ ਨੂੰ ਜੋਖਮ ਹੋਵੇ, ਸਤਿਗੁਰ ਤਤ ਸ਼ਿਰ ਆਪ ਜੀ ਦਾ ਹੁਕਮ ਮੰਨਣਾ ਚਲਾ ਜਾਵੇ। ਦੀਵਾਨਾਂ ਨੇ ਇਹ ਲਿਖਿਆ, ਕਹਿੰਦੇ ਜਿਵੇਂ ਖਿਡਾਰੀ ਜਾ ਕੇ ਜਿਸ ਗਰਾਊਂਡ ਦੇ ਅੰਦਰ ਖੇਡਦਾ, ਉਸ ਗਰਾਊਂਡ ਨੂੰ ਜਾ ਕੇ ਨਿਹਾਰਦਾ, ਉਸ ਗਰਾਊਂਡ ਦਾ ਇਨਵੈਸਟੀਗੇਸ਼ਨ ਕਰਦਾ, ਉਸ ਖੇਡੇ ਹੋਏ ਗਰਾਊਂਡ ਦੇ ਅੰਦਰ ਜਾ ਕੇ ਵੇਖਦਾ ਫੀਲਡ ਕੈਸੀ ਹੈ, ਕਿਹੋ ਜਿਹਾ ਗਰਾਊਂਡ ਹੈ। ਕਹਿੰਦੇ ਦੋ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਗਏ ਨੇ ਪਹਿਲਾਂ, ਇੱਕ ਵਾਰੀ ਜਦੋਂ ਪਲੇਗ ਦੀ ਬਿਮਾਰੀ ਪਈ ਉਦੋਂ, ਦੂਜੀ ਵਾਰੀ ਸਹਾਰੀ ਮਨ ਦੇ ਬੇਟੇ ਦੇ ਵਿਆਹ ਤੇ, ਤੀਜੀ ਵਾਰੀ ਬਿਗਲੇ ਤੇ। ਕਹਿਣ ਲੱਗੇ ਹੁਣ ਨਹੀਂ ਗਾਉਣਾ, ਹੁਣ ਤਾਂ ਜਗਤ ਦੇ ਅੰਦਰ ਵੀ ਤਮਾਸ਼ਾ ਲੱਗਣਾ, ਮੈਚ ਜਿੱਤਣਾ। ਔਰ ਹਰ ਚੱਲੇ ਗੁਰਮੁਖ ਜਗ ਕੀਤਾ। ਹਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਬਸ ਇਹੀ ਹੈ। ਇਹਨਾਂ ਚਾਰਾਂ ਦੀ ਵਿਆਖਿਆ ਦੇ ਅੰਦਰ ਪੂਰਾ ਇਤਿਹਾਸ ਛੁਪਿਆ ਪਿਆ, ਸਿੱਖ ਦੇ ਅੰਦਰ, ਸੇਵਕ ਅੰਦਰ, ਨਾਤੇ ਰਿਸ਼ਤੇਦਾਰੀ ਅੰਦਰ ਤੇ ਪੁੱਤਰ ਦੇ ਅੰਦਰ। ਬਸ ਇਹੀ ਸੁਨੇਹਾ ਪਾਤਸ਼ਾਹ ਨੂੰ ਦਿੱਤਾ। ਕਹਿ ਲੱਗੇ ਜੋ ਦਿਲ ਮੇਰੇ ਆਸੋ ਮਿਲ ਰਿਹਾ, ਦਿਲ ਮਿਲ ਗਿਆ ਤਾਂ ਉਸੇ ਦਿਲ ਨੂੰ ਕਿਹਾ ਜਾਂਦਾ ਜਿਵੇਂ ਧਾਤ ਵਿੱਚ ਧਾਤ ਮਿਲ ਜਾਏ, ਸੋਨੇ ਅੰਦਰ ਪਿੱਤਰ ਮਿਲ ਜਾਂਦਾ, ਸੋਨੇ ਅੰਦਰ ਤਾਂਬਾ ਮਿਲ ਜਾਂਦਾ, ਦੁੱਧ ਅੰਦਰ ਪਾਣੀ ਸਮਾ ਜਾਂਦਾ। ਕਹਿੰਦੇ ਸਮਾਣਾ ਤੇ ਕੋਈ ਸ਼ਬਦ ਅੰਦਰ ਇਸ ਤਰ੍ਹਾਂ ਸਮਾ ਆਓ ਸਵਾਲ।